ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਨਵੀਂ ਵੀਡੀਓ ਇੱਕ ਪੋਡਕਾਸਟ ਦੇ ਰੂਪ ਵਿੱਚ, ਹੈ ਨਾ। ਸੋ ਤੁਹਾਨੂੰ ਪਤਾ ਹੀ ਆਪਾਂ ਹਰੇਕ ਹਫ਼ਤੇ ਕਿਸੇ ਨਵੇਂ ਵਧੀਆ ਕਾਰੀਗਰ, ਵਧੀਆ ਪਲੰਬਰ ਹੋ ਗਏ, ਜਾਂ ਮਤਲਬ ਕੋਈ ਵੀ ਆਪਣੀ ਜਿਨ੍ਹਾਂ ਦੇ ਵਿੱਚ ਹੁਨਰ ਹੈ, ਵਧੀਆ ਕਾਰਪੇਂਟਰ ਹੋ ਗਏ, ਉਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ। ਸੋ ਅੱਜ ਸਾਡੇ ਨਾਲ ਮੌਜੂਦ ਨੇ ਕਾਲਾ ਪਲੰਬਰ। ਸੋ ਸਵਾਗਤ ਕਰਦੇ ਹਾਂ ਸਾਡੇ ਵੀਰ ਕਾਲੇ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਜੀ, ਆਪਾਂ ਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਆਪਾਂ ਨੂੰ ਕਿੰਨਾ ਕੁ ਚਿਰ ਜਿਹੜਾ ਤੁਹਾਡਾ ਪਲੰਬਿੰਗ ਦਾ ਕੰਮ ਹੈ ਜਿਹੜਾ ਤੁਸੀਂ ਕਰਦੇ ਨੂੰ, ਟਾਈਮ ਕਿੰਨਾ ਕੁ ਹੋ ਗਿਆ ਤੁਹਾਨੂੰ? ਮੈਨੂੰ ਜੀ ਤਕਰੀਬਨ 16 ਸਾਲ ਹੋ ਗਏ। 16 ਸਾਲ ਤੁਸੀਂ ਇਸ ਲਾਈਨ ਦੇ ਵਿੱਚ ਹੀ ਹੋ? ਹਾਂਜੀ। ਠੀਕ ਹੈ ਜੀ। ਸੋ ਆਪਣੀ ਸਟੱਡੀ ਵਗੈਰਾ ਕਿਵੇਂ, ਵੀ ਕਿੰਨਾ ਕੁ ਪੜ੍ਹੇ ਸੀ ਵੀ ਜਾਂ ਸ਼ੁਰੂ ਹੀ ਲੱਗ ਕੇ ਕੰਮ ਕਰ, ਕਦੋਂ ਗਿਆ ਨਹੀਂ ਸਿੱਖਣਾ ਨਹੀਂ ਸ਼ੁਰੂ ਕਰਿਆ? ਮੈਂ ਜੀ ਮੰਨ ਲਓ 5ਵੀਂ ਤੱਕ ਜੀ ਮੈਂ ਮਾਡਰਨ ਸਕੂਲ 'ਚ ਪੜ੍ਹਿਆ, ਉਸ ਤੋਂ ਬਾਅਦ ਮੈਂ ਖਾਲਸਾ ਸਕੂਲ 'ਚ 8 ਤੱਕ ਹੀ ਪੜ੍ਹਿਆ ਜੀ। ਠੀਕ ਹੈ, ਯਾਨੀ ਆਪਣੀ 8ਵੀਂ ਤੱਕ ਹੀ ਸਟੱਡੀ ਹੈ। ਉਸ ਤੋਂ ਬਾਅਦ ਹੀ ਕੰਮ ਦੇ ਵਿੱਚ ਪੈ ਗਏ ਸੀ ਜੀ? ਹਾਂਜੀ, ਮੈਂ ਉਸ ਤੋਂ ਬਾਅਦ ਆਪਣੇ ਪਾਪਾ ਨਾਲ ਹੀ ਕੰਮ ਸਿੱਖਿਆ ਜੀ। ਅੱਛਾ। ਬ੍ਰਦਰ ਦੇ ਪਾਪਾ ਮੇਰੇ ਇਹੀ ਕੰਮ ਕਰਦੇ। ਅੱਛਾ, ਤੁਹਾਡੇ ਫਾਦਰ ਸਾਹਿਬ ਜਿਹੜੇ ਇਸੇ ਲਾਈਨ ਦੇ ਵਿੱਚ? ਇਸੇ ਲਾਈਨ 'ਚ। ਠੀਕ ਹੈ, ਠੀਕ ਹੈ। ਸੋ ਹੁਣ ਕੰਮ ਕਾਰ ਵਧੀਆ ਕਿੱਦਾਂ ਚੱਲ ਰਹੇਗਾ? ਕੰਮ ਕਾਰ ਬਾਬੇ ਦੀ ਕਿਰਪਾ ਨਾਲ ਪੂਰਾ ਆਪਣੇ ਕੋਲ ਖੁੱਲ੍ਹਦਾ ਜੀ। ਠੀਕ ਹੈ। ਧੂਰੀ 'ਚ ਆਪਣਾ ਬੰਦੇ ਕੀ ਵਧੀਆ ਬੰਦਿਆਂ 'ਚ ਨਾਮ ਆਉਂਦਾ। ਸੋ ਆਪਾਂ ਤੁਹਾਨੂੰ ਦੱਸਦੇ ਹਾਂ ਨਾ ਬਾਈ ਨੂੰ, ਆਪਾਂ ਤੰਗ ਲੈ ਕੇ ਆਏ ਆਪਣੇ ਸਟੂਡੀਓ ਦੇ ਵਿੱਚ, ਇਹਨਾਂ ਦਾ ਵਧੀਆ ਨਾਂ ਹੈ, ਯਾਨੀ ਕੰਮ ਵੀ ਪੂਰਾ ਟੌਪ ਦਾ ਕਰਦੇ ਨੇ। ਸੋ ਕਿੰਨੀਆਂ ਕੁ ਥਾਵਾਂ 'ਤੇ ਇਹਨਾਂ ਨੂੰ ਕੰਮ ਵਗੈਰਾ ਅੱਜ ਕੱਲ੍ਹ ਚੱਲ ਰਿਹਾ ਹੈਗਾ? ਹੁਣ ਮੇਰਾ ਜੀ ਤਕਰੀਬਨ 10 ਤੋਂ 12 ਸਾਈਟਾਂ 'ਤੇ ਕੰਮ ਚੱਲਦਾ। ਯਾਨੀ 10 ਤੋਂ 12 ਸਾਈਟਾਂ ਤੁਹਾਡੀਆਂ ਚੱਲ ਰਹੀਆਂ? ਹਾਂਜੀ। ਤੁਸੀਂ ਇਸੇ ਲਾਈਨ ਦੇ ਵਿੱਚ ਹੀ ਕਿਉਂ ਪਏ, ਪਲੰਬਿੰਗ ਵਾਲੀ, ਪਲੰਬਰ ਦੀ ਲਾਈਨ 'ਚ? ਕਿਉਂਕਿ ਕੰਮ ਕਾਰ ਹੋਰ ਵੀ ਨੇ, ਨਹੀਂ ਬੱਚੇ ਹੁੰਦੇ ਨੇ ਕਿ ਗੱਲ, ਚਲੋ ਵੀ ਜਿਵੇਂ ਆਪਣੇ ਘਰ ਦਾ ਜਿਹੜਾ ਕੰਮ ਹੈਗਾ ਉਹ ਤਕਰੀਬਨ ਬਹੁਤ ਘੱਟ ਕਰਦੇ ਨੇ, ਕੋਈ ਰੇਅਰ ਹੀ ਹੁੰਦੇ ਨੇ ਜਿਹੜੇ ਉਹੀ ਲਾਈਨ 'ਚ ਪੈਂਦੇ ਨੇ, ਫਾਦਰ ਸਾਹਿਬ ਵਾਲੀ ਲਾਈਨ 'ਚ। ਤੁਸੀਂ ਇੱਧਰ ਕਿਵੇਂ ਜਿਹੜੀ ਪੈ ਗਏ? ਮੰਨ ਲਓ ਮੈਨੂੰ ਨਾ ਜੀ ਮਤਲਬ ਮੈਨੂੰ ਮਿਸਤਰੀ ਬਣਨ ਦਾ ਬੜਾ ਸ਼ੌਂਕ ਸੀ। ਅੱਛਾ। ਨਹੀਂ ਘਰ ਤੋਂ ਹੁੰਦਾ, ਮੈਂ ਮੰਨ ਲਓ ਮੇਰੇ 'ਚ ਬੜਾ ਟੈਲੈਂਟ ਸੀ, ਮੈਂ ਹੁਣ ਵੀ ਕੰਮ ਕਰ ਲੈਂਦਾ ਘਰਾਂ 'ਚ ਜਾਂ ਆਪਣੇ ਘਰੇ ਵੀ ਮੈਂ ਆਪ ਹੀ ਕਰਦਾ ਹੈ। ਜਾਣੀ ਆਪਣਾ ਦੂਸਰਾ ਕਹਿ ਦਈਏ ਰਾਜਗੀਰ ਇੱਟਾਂ ਦਾ ਜਿਹੜੀ ਸ਼ੌਂਕ ਸੀ ਤੁਹਾਨੂੰ ਬਣਨ ਦਾ, ਪਰ ਮੇਰੇ ਫਾਦਰ ਸਾਹਿਬ ਅਤੇ ਬ੍ਰਦਰ ਕਹਿੰਦੇ ਵੀ ਇੱਧਰ ਹੀ ਲਾਈਨ 'ਚ ਆਇਆ। ਅੱਛਾ ਅੱਛਾ। ਅਤੇ ਫਿਰ ਮੈਂ ਉਹਨਾਂ ਨਾਲ ਮਤਲਬ ਵੱਡੇ ਵੀਰ ਨਾਲ ਲੱਗ ਗਿਆ, ਅਤੇ ਉਸ ਤੋਂ ਬਾਅਦ ਮੈਂ ਹੁਣ ਆਪਣਾ ਕੰਮ ਕਰਦਾ। ਚਲੋ। ਸੋ ਜਾਣੀ ਕਿ ਆਪਾਂ ਕਹਿ ਸਕਦੇ ਤੁਹਾਡੇ ਭਰਾ ਨੇ ਜਾਂ ਤੁਹਾਡੇ ਫਾਦਰ ਸਾਹਿਬ ਨੇ, ਉਹਨਾਂ ਨੇ ਉਹਨਾਂ ਤੋਂ ਹੀ ਤੁਸੀਂ ਕੰਮ ਕਰ ਸਿੱਖਿਓ? ਸੋ ਬਾਈ ਨੂੰ ਤੁਹਾਨੂੰ ਦੱਸਦੀ ਹੈ ਨਾ, ਕੰਮ ਦਾ ਤਾਂ ਚਲੋ ਹੈਗੇ ਐਕਸਪਰਟ, ਪੂਰੇ ਵਧੀਆ ਨੇਗੇ, ਕੋਈ ਇੱਦਾਂ ਦੀ ਗੱਲ ਨਹੀਂ, ਥੋੜ੍ਹਾ ਬਹੁਤ ਲਿਖਣ ਦਾ ਵੀ ਸ਼ੌਂਕ ਆ, ਲਿਖਣ ਦਾ ਵੀ, ਗਾਉਣ ਦਾ ਵੀ, ਬਾਕੀ ਇਹਨਾਂ ਦੀ ਆਪਾਂ ਆਈਡੀ ਵਗੈਰਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਹੈ ਨਾ ਵੀਡੀਓ ਦੇ ਵਿੱਚ। ਸੋ ਵਧੀਆ ਉਹਦੇ ਉੱਤੇ ਮਨੋਰੰਜਨ ਵਗੈਰਾ ਵੀ ਕਰਦੇ ਨੇਗੇ, ਹੈ ਨਾ, ਹੱਸੀ ਮਜ਼ਾਕ ਵਾਲੇ ਵੀਡੀਓਜ਼ ਵਗੈਰਾ ਬਣਾਉਂਦੇ। ਸੋ ਬਾਈ ਜੀ, ਮੈਨੂੰ ਜਿੱਥੇ ਤੱਕ ਪਤਾ ਹੈਗਾ ਤੁਸੀਂ ਲਿਖਦੇ ਵੀ ਬਹੁਤ ਸੋਹਣੇ ਹੈਗੇ। ਬਿਲਕੁਲ। ਅਤੇ ਕਿੱਦਾਂ ਜਾਣੀ ਹੈ ਨਾ, ਕਿਵੇਂ ਇਹ ਚੇਚਕ ਲੱਗੀ ਵੀ ਲਿਖਣਾ ਵੀ ਹੈ ਕੁਛ, ਇਹ ਕਿਵੇਂ ਸ਼ੁਰੂ ਹੋਇਆ ਸ਼ੁਰੂਆਤ? ਲਿਖਣਾ ਜੀ ਮੈਂ ਉਵੇਂ ਨਹੀਂ ਲਿਖਦਾ ਵੀ ਕੋਈ ਵੀ ਉੱਦਾਂ ਹੀ ਗੀਤ ਲਿਖਦਾ ਜਿਵੇਂ ਅੱਜ ਕੱਲ੍ਹ ਚੱਲਦੇ ਨੇ ਵੀ ਇੱਧਰੋਂ ਫੜ ਲਈ ਲੱਤ ਲਈ ਰੀਮਾਂ, ਮੈਂ ਆਪਣੇ ਜੋ ਵੀ ਮੇਰੇ ਅੱਗੇ ਬੀਤਦਾ ਮੈਂ ਉਹ ਚੀਜ਼ 'ਤੇ ਹੀ ਲਿਖਦਾ। ਠੀਕ ਹੈ। ਕੋਈ ਮੈਨੂੰ ਐਂ ਨਹੀਂ ਹੈਗਾ ਵੀ ਮੈਂ ਕੋਈ ਗਾਣੇ ਉੱਦਾਂ ਹੀ ਲਿਖਦਾ, ਮੈਂ ਤਾਂ ਉਹ ਲਿਖਦਾ ਜੋ ਬੀਤ ਰਿਹਾ। ਠੀਕ ਹੈ, ਉਹ ਚੀਜ਼ਾਂ। ਸੋ ਕੋਈ ਗਾਣੇ ਜਿਵੇਂ ਮਤਲਬ ਕਿ ਲਿਖਿਆ ਹੋਇਆ ਤੁਹਾਡਾ ਗਾਣਾ, ਕੋਈ ਰਿਕਾਰਡ ਵਗੈਰਾ ਵੀ ਹੋਇਆ ਜਾਂ ਕਿੱਦਾਂ, ਕਹਿੰਦੇ ਜੀ ਆਪਣੇ ਲਿਖੇ ਪਏ ਤੁਸੀਂ ਆਪ ਹੀ ਯਾਨੀ ਕਿ ਉਹ ਕਰਦੇ ਹੋ? ਰਿਕਾਰਡ ਨਹੀਂ ਹੋਇਆ ਵੀਰ ਜੀ, ਪਰ ਮੇਰਾ ਆਪਦੇ ਆਈਡੀ ਦੇ ਉੱਤੇ ਆ ਵੀ ਮੇਰਾ ਇੱਕ ਗਾਣਾ ਸੀ ਮੇਰਾ ਵੀ ਕਾਲਾ ਟੂਟੀਆਂ ਵਾਲਾ ਨੀ, ਹੈ ਨਾ ਜੀ, ਅਤੇ ਉਹਦੇ ਵਿੱਚ ਇੱਕ ਲੌਂਗੋਵਾਲ ਤੋਂ ਮੈਡਮ ਨੇਗੇ ਨਕਸ਼ਾ ਆਰਕੀਟੈਕਟ ਨੇ, ਉਹਨਾਂ ਦਾ ਮੈਨੂੰ ਉਹਦੇ ਵਿੱਚ ਜ਼ਿਕਰ ਵੀ ਕੀਤਾ ਹੋਇਆ, ਅਤੇ ਉਹ ਗਾਣਾ ਮੈਂ ਤੁਹਾਨੂੰ ਸੁਣਾਉਂਦਾ। ਸੋ ਆਪਾਂ 2 ਬੋਲ ਬਾਈ ਤੋਂ ਉਹ ਗਾਣੇ ਦੇ ਸੁਣਦੇ ਹਾਂ। ਸੋ ਬਾਈ ਜੀ ਕਰੋ ਸ਼ੁਰੂ। ਅਤੇ ਉਹ ਗਾਣੇ ਦਾ ਐਂ ਜੀ ਵੀ ਤੇਰਾ ਕਾਲਾ ਟੂਟੀਆਂ ਵਾਲਾ ਨੀ ਜਿਹਦੇ ਨਹੁੰ ਦੀ ਫੇਰਦੇ ਮਾਲਾ ਨੀ, ਤੇ ਇੱਕ ਨਕਸ਼ੇ ਵਾਲੇ ਮੈਡਮ ਲੌਂਗੋਵਾਲ ਦੇ ਨੇ ਉਹ ਵੀ ਕੰਮ ਸਾਡੇ ਬਾਰੇ ਜਾਣਦੇ ਨੇ, ਕਹਿੰਦੇ ਬਾਕੀ ਧੂਰੀ ਨਕਸ਼ੇ ਵਾਲੇ ਸਾਰੇ ਨੀ ਫੈਨ ਕਾਲੇ ਦੇ ਬਾਲੇ ਬਾਲੇ ਨੀ। ਸੋ ਬਾਈ ਜੀ ਆਪਾਂ ਨੂੰ ਇਹ ਦੇਖੋ ਵੀ ਲਿਖਣ ਦਾ ਸ਼ੌਂਕ ਯਾਨੀ ਕਦੋਂ ਤੋਂ ਪਿਆ, ਕਿਵੇਂ ਪਿਆ, ਤੁਸੀਂ ਲਿਖਣ ਕਿਵੇਂ ਲੱਗੇ? ਲਿਖਣ ਦਾ ਤਾਂ ਜੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਨਾ ਮਤਲਬ ਹਰੇਕ ਪਲ 'ਤੇ ਹੀ ਲਿਖਦਾ,
ਜਿਵੇਂ ਮੇਰੇ ਅੱਗੇ ਕੋਈ ਚੀਜ਼ ਬੀਤਦੀ ਆ ਉਹ ਵੀ ਆ ਹਨਾ ਵੀ ਅੱਜ ਕੱਲ ਕੀ ਇੱਕ ਨਵੀਂ ਚੀਜ਼ ਆ ਵੀ ਕੁੜੀਆਂ ਕੋਰਟ ਮੈਰਿਜ ਕਰਾਉਂਦੀਆਂ ਮੈਂ ਉਹਦੇ ਤੇ ਵੀ ਲਿਖਿਆ ਔਰ ਮੈਂ ਆਪਣੇ ਫਾਦਰ ਤੇ ਵੀ ਲਿਖਿਆ ਮਾਪਿਆਂ ਦੀ ਇੱਜ਼ਤ ਵਧਾਉਂਦੀਆਂ ਕਈ ਕੋਰਟਾਂ ਵਿੱਚ ਮੈਰ ਜਾਂਦੇ ਵੀ ਮਤਲਬ ਕਈ ਸੁੱਖ ਚ ਵੀ ਮੰਨ ਲਓ ਭੱਜ ਜਾਂਦੀਆਂ ਵਿਆਹ ਕਰਾ ਲੈਂਦੀਆਂ ਕਈ ਵਿਚਾਰੀਆਂ ਦੁੱਖਾਂ ਚ ਵੀ ਰਹਿੰਦੀਆਂ ਦੁੱਖਾਂ ਕਹਿੰਦਾ ਕਈ ਸੁੱਖੇ ਤੇ ਆਪੇ ਛੱਡ ਜਾਂਦੀਆਂ ਕਈ ਦੁੱਖਾਂ ਵਿੱਚ ਰਹਿ ਰਹੀਆਂ ਵਿਚਾਰੀਆਂ ਕਈ ਧੀਆਂ ਹੁੰਦੀਆਂ ਸਿਆਣੀਆਂ ਕਈ ਹੁੰਦੀਆਂ ਨੇ ਕਰਮਾਂ ਨੇ ਮਾਰੀਆਂ ਕਈ ਮਾਪਿਆਂ ਦੀ ਇੱਜ਼ਤ ਵਧਾਉਂਦੀਆਂ ਕਈ ਕੋਟਾਂ ਵਿੱਚ ਮਿਲ ਜਾਂਦਾ ਸੋ ਤੁਸੀਂ ਕੁਛ ਹੋਰ ਵੀ ਇੱਦਾਂ ਦਾ ਲਿਖਿਆ ਪਰਸਨਲ ਜਿਵੇਂ ਵਧੀਆ ਹੈ ਨਾ ਕੁੜੀਆਂ ਚਿੜੀਆਂ ਵਾਲਾ ਤੁਸੀਂ ਜਿਹੜਾ ਸੁਣਾਇਆ ਹੈਗਾ ਹਾਂਜੀ ਕੁਛ ਹੋਰ ਜਿਵੇਂ ਹੈ ਨਾ ਕੁਛ ਮਤਲਬ ਮੈਂ ਜਿਹੜੀ ਆਪਣੇ ਜਦੋਂ ਅਸੀਂ ਬ੍ਰਦਰ ਬ੍ਰਦਰ ਇਕੱਠੇ ਮਤਲਬ ਇਕੱਠੇ ਰਹਿੰਦੇ ਸੀਗੇ ਜਦੋਂ ਅਸੀਂ ਅੱਡ ਹੋਏ ਜੀ ਉਹਦੇ ਤੇ ਵੀ ਮੈਂ ਥੋੜ੍ਹਾ ਜਿਹਾ ਮਤਲਬ ਬਿਲਕੁਲ ਥੋੜ੍ਹਾ ਜਿਹਾ ਲਿਖਿਆ ਪਹਿਰਾ ਉਹ ਲੰਮਾ ਹੈਗਾ ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹਾਂਜੀ ਜਿਵੇਂ ਮਤਲਬ ਵੀ ਉੱਥੇ ਮੈਨੇ ਲਿਖਿਆ ਸੀਗਾ ਜੀ ਵੀ ਭਾਈਆਂ ਦਾ ਇਕੱਠ ਹੋਵੇ ਇੱਕੋ ਥਾਂ ਤੇ ਤੱਕ ਹੋਵੇ ਆਉਂਦਾ ਇਹ ਨਜ਼ਾਰਾ ਬੰਦਾ ਖੇਤ ਗੇੜਾ ਮਾਰਦਾ ਜੇ ਸਭੇ ਗੱਲਾਂ ਪੂਰੀਆਂ ਕਿੱਥੇ ਕਾਲਾ ਹਾਰ ਕਿੱਥੇ ਕਹਿੰਦੇ ਜੀ ਵੀ ਜੇ ਮੰਨ ਲਓ ਜੋਬ ਸਰਕਾਰੀ ਹੋਵੇ ਉੱਤੋਂ ਕਾਲੇ ਜਾਂ ਲਿਖਾਰੀ ਹੋਵੇ ਫਿਰ ਬਾਬਾ ਆਪੇ ਗੁੱਡੀ ਚਾੜਦਾ ਜੇ ਸਭੇ ਗੱਲਾਂ ਪੂਰੀਆਂ ਫਿਰ ਕਿੱਥੇ ਕਾਲਾ ਕਿੱਥੇ ਕਾਲਾ ਸੋ ਬਾਈ ਤੁਸੀਂ ਲਿਖਦਾ ਜੇ ਬਹੁਤ ਸੋਹਣਾ ਹੈ ਨਾ ਬਹੁਤ ਮੈਨੂੰ ਜਿੰਨੇ ਤੁਸੀਂ ਬਾਈ ਨੇ ਹਨਾ ਆਪਾਂ ਨੂੰ ਸੁਣਾਏ ਨੇ ਲਫ਼ਜ਼ ਜੋ ਵੀ ਹਨਾ ਸੋ ਬਹੁਤ ਵਧੀਆ ਨੇ ਹਨਾ ਸੋ ਜਿਵੇਂ ਹੁਣ ਤੁਸੀਂ ਲਿਖਦੇ ਹੋ ਨਾ ਇਹ ਸੌਂਗ ਵਗੈਰਾ ਤੁਸੀਂ ਅੱਗੇ ਕਿਸੇ ਸਿੰਗਰ ਵਗੈਰਾ ਨਾਲ ਕੰਟੈਕਟ ਕੀਤਾ ਜਾਂ ਉਹਨਾਂ ਨੂੰ ਦਈਏ ਜਾਂ ਹਨਾ ਮਤਲਬ ਆਪਣੇ ਕੋਲ ਨਾ ਜੀ ਕੰਮ ਦੇ ਵਿੱਚ ਵੀ ਸੌਂਗ ਮਿਲਦਾ ਅੱਛਾ ਜੀ ਹਾਂਜੀ ਇਹ ਕੁਛ ਇਹ ਵੀ ਚੀਜ਼ਾਂ ਮੈਂ ਮੰਨ ਲਓ ਉਦੋਂ ਹਾਂ ਵੀ ਜਦੋਂ ਰਾਤ ਦੇ ਸਮੇਂ ਰਾਤ ਦੇ ਸਮੇਂ ਜੀ ਪਾਰਟ ਟਾਈਮ ਮੰਨ ਲਓ ਜਿਵੇਂ ਤੁਸੀਂ ਘਰੇ ਹੋ ਹਨਾ ਹਾਂ ਮੈਂ ਘਰੇ ਹਾਂ ਕਈ ਵਾਰੀ ਫ੍ਰੀ ਟਾਈਮ ਕੰਮ ਹਾਂ ਉਦਾਂ ਹੀ ਹੈ ਜੀ ਚਲੋ ਉਹ ਤਾਂ ਤੁਹਾਡਾ ਵਧੀਆ ਹੈ ਨਾ ਜਿਵੇਂ ਤੁਸੀਂ ਕਿਸੇ ਹੋਰ ਬੰਦੇ ਦੇ ਗਾਣਾ ਜੀ ਹੋਰ ਮੰਨ ਲਓ ਆਪਣੀ ਬਿਲਡਿੰਗ ਲਾਈਨ ਦੇ ਬੰਦੇ ਹੋ ਗਏ ਕੋਈ ਮੰਨ ਲਓ ਤੁਸੀਂ ਪਲੰਬਰ ਦੇ ਲਿਖਿਆ ਚਲੋ ਵਧੀਆ ਸੀ ਹਨਾ ਕੋਈ ਕਾਰਪੈਂਟਰ ਦੇ ਜਾਂ ਕੋਈ ਲੋਹੇ ਦਾ ਕੋਈ ਮਕੈਨਿਕ ਦਾ ਕੰਮ ਕਰਦਾ ਹੋਵੇ ਉਹਨਾਂ ਦੇ ਗਾਣਾ ਲਿਖਿਆ ਜਾਂ ਲਿਖਣਾ ਚਾਹੋਗੇ ਮੈਂ ਲਿਖਣਾ ਚਾਹੁੰਦਾ ਜੀ ਮਤਲਬ ਚਾਹੁੰਦੇ ਹੋ ਤੁਸੀਂ ਟਾਈਮ ਦੀ ਗੱਲ ਹੈ ਹਾਂ ਸੋ ਮੈਨੂੰ ਲੱਗਦਾ ਵੀ ਹਨਾ ਜੇ ਤੁਸੀਂ ਉਹਨਾਂ ਦੇ ਵੀ ਗਾਣਾ ਦੇਖੋ ਹਨਾ ਮਾੜਾ ਮੋਟਾ ਆਪਣੇ ਹੋਰ ਵੀਰਾਂ ਦੀ ਪਹਿਚਾਣ ਹੋਵੇ ਹਨਾ ਬਿਲਕੁਲ ਪਤਾ ਲੱਗੇ ਕੰਮ ਕਾਰ ਦਾ ਹਨਾ ਸੋ ਮੈਂ ਤਾਂ ਹੀ ਤੁਹਾਨੂੰ ਪੁੱਛ ਰਿਹਾ ਸੀ ਵੀ ਉੱਦਾਂ ਤੁਸੀਂ ਗਾਣਾ ਲਿਖਣਾ ਚਾਹੋਗੇ ਕੋਈ ਵਧੀਆ ਲਿਖਾਂਗੇ ਜ਼ਰੂਰ ਤੇ ਮੈਂ ਇੱਕ ਆਪਣੇ ਫਾਦਰ ਤੇ ਵੀ ਲਿਖਿਆ ਸੀ ਜਿਹੜੀ ਕਿ ਮੈਂ ਉਹਨਾਂ ਤੋਂ ਕੰਮ ਸਿੱਖਿਆ ਹੈ ਤੇ ਉਹਦੇ ਤੇ ਕੀ ਵੀ ਸੱਚ ਕੌੜਾ ਹੁੰਦਾ ਹੈਗਾ ਛੇਤੀ ਮਨ ਨੂੰ ਭਾਉਂਦਾ ਨੀ ਕਾਲੇ ਟੂਟੀਆਂ ਵਾਲੇ ਨੂੰ ਕੁਝ ਲਿਖਣਾ ਆਉਂਦਾ ਲਿਖਣਾ ਸੱਚ ਕੌੜਾ ਹੁੰਦਾ ਹੈਗਾ ਛੇਤੀ ਮਨ ਨੂੰ ਭਾਉਂਦਾ ਨੀ ਕਾਲੇ ਟੂਟੀਆਂ ਵਾਲੇ ਨੂੰ ਕੁਝ ਲਿਖਣਾ ਆਉਂਦਾ ਕਹਿੰਦਾ ਨਾਮ ਬਾਪੂ ਦਾ ਲੈ ਕੇ ਛੈਣੀ ਥੋੜੀ ਚੱਕੀ ਆ ਕਿੱਧਰ ਨੂੰ ਜਾਂਦਾ ਪੰਜਾਬ ਬਾਦਲ ਕੈਪਟਨ ਭਗਵੰਤ ਮਾਨ ਕਹਿਣ ਤਰੱਕੀ ਹੈ ਤਰੱਕੀ ਬਹੁਤ ਵਧੀਆ ਹਾਂਜੀ ਸੋ ਬਾਈ ਜੀ ਤੁਸੀਂ ਕੰਮ ਬਹੁਤ ਸੋਹਣਾ ਕਰਦੇ ਹੋ ਅਸੀਂ ਦੇਖਦੇ ਰਹਿੰਦੇ ਹਾਂ ਕਿਉਂਕਿ ਆਪਣਾ ਵੀ ਤੁਹਾਨੂੰ ਪਤਾ ਹੀ ਹੈ ਕਾਰਪੈਂਟਰ ਦਾ ਲੱਕੜ ਦਾ ਕੰਮ ਹੈ ਕੋਠੀਆਂ 'ਚ ਅਸੀਂ ਮਿਲਦੇ ਗਿਲਦੇ ਰਹਿੰਦੇ ਹਾਂ ਸੋ ਬਾਈ ਜੀ ਅੱਗੇ ਤੁਹਾਡਾ ਕੀ ਹੈ ਫਿਊਚਰ ਪਲਾਨ ਕੀ ਹੈ ਵੀ ਮੰਨ ਲਓ ਤੁਸੀਂ ਇੰਨਾ ਸੋਹਣਾ ਕੰਮ ਕਰਦੇ ਹੋ ਕਿੱਦਾਂ ਉਸ ਬਿਲਡਿੰਗ ਲੈਣ ਦੇ ਵਿੱਚ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਇਹ ਪੁੱਛ ਰਿਹਾ ਬਾਈ ਮੇਰਾ ਜੀ ਇਹ ਮੰਨ ਲਓ ਵੀ ਜ਼ਿੰਦਗੀ ਦਾ ਇੱਕ ਆਪਣੀ ਇੱਕ ਖੁਆਇਸ਼ ਹੁੰਦੀ ਹੈ ਬੰਦੇ ਦੀ ਤਾਂ ਮੇਰੀ ਇੱਕ ਇਹ ਖੁਆਇਸ਼ ਆ ਵੀ ਮੈਂ ਨਾ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਸਾਰੀਆਂ ਚੀਜ਼ਾਂ ਮੈਂ ਆਪ ਹੀ ਕਰਿਆ ਕਰਾਂਗਾ ਤੁਸੀਂ ਹੋ ਬਿਜਲੀ ਵਾਲਾ ਔਰ ਮੈਂ ਆਪ ਜਿੰਨੇ ਵੀ ਮੰਨ ਲਓ ਆਪਣੀ ਲਾਈਨ ਦੇ ਵਿੱਚ ਬੰਦੇ ਹੋ ਗਏ ਤਾਂ ਸਾਰੇ ਆਪਣੇ ਆਪ ਦੇ ਹੋਣ ਵੀ ਉਹਦੇ ਨਾਲ ਕੀ ਆਪਣਾ ਕੰਮ ਵੀ ਵਧੇ ਔਰ ਆਪਾਂ ਨੂੰ ਤੁਹਾਡਾ ਵੀ ਮੰਨ ਲਓ ਲੈਵਲ ਉੱਚਾ ਹੋਵੇ ਤੁਹਾਡੇ ਕੋਲ ਕੰਮ ਵਧੇ
ਨਾਲੇ ਤੁਹਾਡੇ ਕਹਿੰਦਾ ਮਤਲਬ ਇੱਕ ਗਰੁੱਪ ਟਾਈਪ ਹਨਾ ਬਣ ਜੇ, ਕਿਉਂਕਿ ਜਿਵੇਂ ਹੁਣ ਮੰਨ ਲਓ ਕਈ ਬੰਦੇ ਹੁੰਦੇ ਨੇ ਪਤਾ ਵੀ ਮੰਨ ਲਓ ਆਹ ਲੱਕੜ ਵਾਲਾ ਵਧੀਆ ਜਾਂ ਪੇਂਟਰ ਵਾਲਾ ਵਧੀਆ ਹਨਾ, ਸੋ ਸਾਰੇ ਤਕਰੀਬਨ ਤੁਹਾਡੇ ਨਾਲ ਟੱਚ ਹੋਣ, ਜਾਣੀ ਕਿ ਗੱਲਬਾਤ ਸਾਰੀ ਤੁਹਾਡੇ ਅੰਡਰ ਹੋਵੇ ਹਨਾ, ਸਾਰੇ ਵਧੀਆ ਗਰੁੱਪ ਬਣਾ ਕੇ ਤੁਸੀਂ ਚੱਲਣ ਦੀ ਖਵਾਇਸ਼ ਦਾ ਜਿਹੜੀ ਹਾਂਜੀ ਕਰ ਰਹੇ। ਮੈਂ ਉਹ ਵੀ ਚੀਜ਼ ਏਦਾਂ ਚਾਹੁੰਦਾ ਜੀ ਵੀ ਮੈਂ ਮਿਲ ਕੇ ਕੰਮ ਕਰਾਂ, ਜਿਵੇਂ ਤੁਸੀਂ ਹੋ, ਮੈਂ ਤੁਹਾਨੂੰ ਪੁੱਛਿਆ ਵੀ ਤੁਹਾਡਾ ਜੀ ਕਿੰਨੇ ਦਾ ਠੇਕਾ, ਮੈਂ ਏਦਾਂ ਨਾ ਕਰਾਂ ਵੀ ਤੁਸੀਂ ਨੇ ਮੈਂ ਤੁਹਾਨੂੰ ਤੁਸੀਂ ਨੇ 1,00,000 ਰੁਪਏ ਕਹਿਤਾ ਠੀਕ ਹੈ ਜੀ, ਮੈਂ ਅਗਲੇ ਨੂੰ 1,50,000 ਕਹਿਤਾ, ਮੈਂ ਏਦਾਂ ਨੀ ਕਰਨਾ ਚਾਹੁੰਦਾ, ਮੈਂ ਇਮਾਨਦਾਰੀ ਦਾ ਹੀ ਕੰਮ ਕਰਨਾ ਚਾਹੁੰਦਾ। ਹੁਣ ਤੱਕ ਆਪਾਂ ਜੋ ਵੀ ਪਲੰਬਰ ਦਾ ਕੰਮ ਵੀ ਕਰ ਰਹੇ ਹਾਂ ਇਮਾਨਦਾਰੀ ਤੇ ਹੀ ਕਰ ਰਿਹਾ, ਜਿੰਨੇ ਵੀ ਮੰਨ ਲਓ ਦੁਕਾਨਦਾਰ ਨੇ ਹੋਰ ਨੇ ਆਪਾਂ ਨੂੰ ਕੋਈ ਵੀ ਕਹਿ ਨਹੀਂ ਸਕਦਾ ਵੀ ਆਪਣੇ ਤੋਂ ਕੋਈ 5 ਰੁਪਏ ਲਏ, ਆਪਾਂ ਇਮਾਨਦਾਰੀ ਤੇ ਹੀ ਕੰਮ ਕੀਤਾ, ਮਗਰ ਇਮਾਨਦਾਰੀ ਤੇ ਹੀ ਕਰ ਬਹੁਤ ਵਧੀਆ ਕੀਤਾ। ਸੋ ਬਾਈ ਦੀ ਜਿਹੜਾ ਜਿਹੜੀ ਸੋਚ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਹੈ ਨਾ, ਸੋ ਬਾਈ ਵੀ ਕਹਿ ਰਹੇ ਨੇ ਵੀ ਮੰਨ ਲਓ ਆਪਾਂ ਸਾਰੇ ਮਿਲ ਕੇ ਜਿਹੜਾ ਕੰਮਕਾਰ ਹੈ ਵੀ ਕਰੀਏ ਇਕੱਠੇ ਹੋ ਕੇ, ਮੇਨ ਲੀਡਰ ਤਾਂ ਇੱਕੋ ਹੀ ਹੁੰਦਾ ਜੀ। ਸੋ ਤੁਸੀਂ ਦੇਖ ਸਕਦੇ ਹੋ ਨਾ ਬਾਈ ਦੀ ਸੋਚ ਮੈਨੂੰ ਬਹੁਤ ਵਧੀਆ ਲੱਗੀ, ਕਿਉਂਕਿ ਇੱਕ ਲੀਡਰ ਦੇ ਰੂਪ ਵਿੱਚ ਕੰਮ ਕਰਨਾ ਚਾਹੁੰਦੇ ਨੇ, ਜਿਵੇਂ ਕੱਲ ਨੂੰ ਕੋਈ ਬਿਲਡਿੰਗ ਬਣ ਰਹੀ ਹੈ ਨਾ, ਸੋ ਸਾਰਾ ਠੇਕਾ ਜਿਵੇਂ ਮੰਨ ਲਓ ਬਾਈ ਦੀ ਲਿਆ ਕਰਨਗੇ, ਇਹਦੇ ਨਾਲ ਕੀ ਆ ਸਾਰੇ ਵੀਰਾਂ ਭਰਾਵਾਂ ਦਾ ਹੀ ਕੰਮ ਚੱਲਿਆ ਕਰੂਗਾ ਹੈ ਨਾ, ਮੰਨ ਲਓ ਪਲੰਬਰ ਹੋਵੇ, ਕਾਰਪੈਂਟਰ ਜੋ ਵੀ ਨੇ, ਸਾਰੇ ਆਪਣੇ ਮੰਨ ਲਓ ਕੋਠੀ ਦੇ ਵਿੱਚ ਜਿਹੜੇ ਜਿਹੜੇ ਵੀਰਾਂ ਦੀ ਲੋੜ ਪੈਂਦੀ ਹੈ ਨਾ, ਟਾਈਲਾਂ ਵਾਲੇ ਹੋ ਗਏ ਹੈ ਨਾ, ਕਾਫੀ ਕੰਮ ਹੁੰਦੇ ਨੇ। ਸੋ ਬਾਈ ਦੀ ਸੋਚ ਆਪਾਂ ਨੂੰ ਬਹੁਤ ਵਧੀਆ ਲੱਗੀ ਹੈ ਨਾ, ਸੋ ਅੱਜ ਗੱਲਾਂ ਬਾਤਾਂ ਬਹੁਤ ਵਧੀਆ ਹੋਈਆਂ ਹੈ ਨਾ। ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਓਕੇ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।